Willem Sondheim. ਜਿੰਨੇ ਵੀ ਸਤਿਕਾਰਯੋਗ ਬਜ਼ੁਰਗ ਸਾਹਿਬਾਨ, ਮਾਮਾ ਵੀ ਬੈਠੀਆਂ ਨੇਗੀਆਂ, ਨੌਜਵਾਨ ਖੜੇ ਨੇ, ਸਭ ਤੋਂ ਪਹਿਲਾਂ ਬੁਲਾਈਏ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਕਹਿ ਦਿੰਦੇ ਨੇ ਹਰਿਆਣੇ ਦਾ ਨਾਮ ਨਹੀਂ ਬੋਲਦਾ, ਪਹਿਲਾਂ ਪੰਜਾਬ ਅਤੇ ਹਰਿਆਣੇ ਦਾ, ਮੈਨੂੰ ਉੱਥੇ ਮੁੰਡੇ ਕਹਿੰਦੇ ਤੂੰ ਹਰਿਆਣੇ ਦਾ ਨਾਮ ਘੱਟ ਬੋਲਦਾ, ਦੋਨਾਂ ਦਾ ਨਾਰਾ ਲਾ ਦਈਏ, ਪੰਜਾਬ ਹਰਿਆਣਾ ਏਕਤਾ ਜਿੰਦਾਬਾਦ, ਪੰਜਾਬ ਹਰਿਆਣਾ ਏਕਤਾ ਜਿੰਦਾਬਾਦ। ਤੁਸੀਂ ਸਾਰੇ ਹੀ ਨੌਜਵਾਨ, ਸਾਰੇ ਹੀ ਬਜ਼ੁਰਗ ਸਾਹਿਬਾਨ, ਆਪਣੇ ਜਿਹੜੇ ਹੱਕਾਂ ਦੇ ਲਈ ਇੱਥੇ ਆਪਾਂ ਲੜ ਰਹੇ ਹਾਂ, ਆਪਣੀ ਜਿਹੜੀ ਲੜਾਈ ਹੈ ਇਹ ਜੋਸ਼ ਦੇ ਨਾਲ ਤਾਂ ਲੜੀ ਜਾਣੀ ਹੈ ਅਤੇ ਨਾਲ ਨੌਜਵਾਨਾਂ ਹੋਸ਼ ਬਣਾ ਰੱਖਣਾ ਜ਼ਰੂਰੀ ਹੈ, ਕਿਉਂਕਿ ਜਿਹੜੇ ਸਾਡੇ ਆਗੂ ਸਾਹਿਬਾਨ ਨੇਗੇ ਇਹਨਾਂ ਦਾ ਬਹੁਤ ਵੱਡਾ ਤਜਰਬਾ ਹੈ। ਪਹਿਲਾਂ ਵੀ ਜਿਹੜਾ ਅਸੀਂ ਅੰਦੋਲਨ ਬੜਾ ਲੰਮਾ ਸਮਾਂ ਲੜਿਆ, ਉਸ ਅੰਦੋਲਨ ਦੇ ਵਿੱਚ ਮੈਂ ਗਿਣਵੇਂ ਚੁਣਵੇਂ ਵਾਰੀ ਘਰੇ ਆਇਆ, ਪਰ ਸਾਨੂੰ ਜਿਹੜੇ ਰਾਜਨੀਤਿਕ ਲੀਡਰ ਲੋਕ ਨੇ ਜਾਂ ਪੋਲੀਟੀਕਲ ਲੀਡਰ ਲੋਕ ਨੇਗੇ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਕਿੰਤੂ ਪਰੰਤੂ ਗੱਲਾਂ ਕਰਦੇ ਨੇਗੇ ਕਿ ਤੁਸੀਂ ਉੱਥੋਂ ਕੀ ਲਿਆਏ ਜਾਂ ਸਾਨੂੰ ਆਫਤ ਦੇ ਵਿੱਚ ਨਾ ਸਾਨੂੰ ਲੜਾ ਕੇ ਰੱਖਦੇ ਨੇਗੇ। ਅਸੀਂ ਅੰਦੋਲਨ ਦੇ ਵਿੱਚ ਉਸ ਦੇ ਵਿੱਚੋਂ ਬਹੁਤ ਕੁਛ ਲੈ ਕੇ ਆਏ ਹਾਂ, ਬਹੁਤ ਕੁਛ ਖੱਟ ਕੇ ਆਏ ਹਾਂ, ਹੰਕਾਰੀ ਦੇ ਡਿਕਟੇਟਰ ਰਾਜ ਨੂੰ ਪਿੱਛੇ ਸੱਟ ਕੇ ਆਏ ਹਾਂ, ਜਿਹੜਾ ਕਿ ਪੰਜਾਬ ਦੇ ਵਿੱਚ ਵੀ ਗੱਲ ਚੱਲਦੀ ਹੈ, ਪੂਰੇ ਭਾਰਤ ਦੇ ਵਿੱਚ ਵੀ ਇਹ ਗੱਲ ਚੱਲਦੀ ਹੈ ਕਿ ਜੇਕਰ ਮੋਦੀ ਨੂੰ ਹਰਾਉਣਾ ਤਾਂ ਸਾਰੀਆਂ ਪੋਲੀਟੀਕਲ ਪਾਰਟੀ ਨੂੰ ਇਕੱਠੇ ਹੋਣਾ ਪੈਣਾ, ਇੰਡੀਆ ਸਮਝੌਤਾ ਕਰਨਾ ਪੈਣਾ, ਇੰਡੀਆ ਸਮਝੌਤਾ ਕਰਨਾ ਪੈਣਾ ਕਿ ਜੇਕਰ ਮੋਦੀ ਨੂੰ ਹਰਾਉਣਾ। ਨਹੀਂ, ਮੋਦੀ ਹਾਰਨ ਵਾਲਾ ਨਹੀਂ ਹੈਗਾ, ਮੋਦੀ ਨੂੰ ਬੜਾ ਸੰਵਿਧਾਨ ਨੂੰ ਖਤਰਾ, ਪਰ ਇੱਕ ਗੱਲ ਤੁਸੀਂ ਕਿਤੇ ਪੰਜਾਬੀਓ, ਮੇਰੇ ਨੌਜਵਾਨ ਵੀਰੋ, ਇਹ ਚੀਜ਼ ਆਪਾਂ ਸੋਚੀਏ ਕਿਤੇ ਵਿਚਾਰੀ ਹੈ ਕਿ ਜਿਹੜਾ ਪੋਲੀਟੀਕਲ ਪਾਰਟੀਆਂ ਤੋਂ ਵੱਡੇ ਵੱਡੇ ਲੀਡਰਾਂ ਤੋਂ ਮੋਦੀ ਨਹੀਂ ਝੁਕਦਾ, ਉਸ ਮੋਦੀ ਦੇ ਆਪਾਂ ਧੌਣ ਤੋਂ ਕਿੱਲਾ ਕਿਵੇਂ ਕੱਢ ਕੇ ਆਏ ਹਾਂ, ਆਪਾਂ ਉਹਦੇ ਮਾਫ਼ੀ ਮੰਗਵਾ ਕੇ ਆਏ ਹਾਂ। ਇਹ ਕਿੰਤੂ ਪ੍ਰੰਤੂ ਇਹ ਗੱਲਾਂ ਕਰਦੇ ਅਸੀਂ ਮੋਦੀ ਨੂੰ ਹਰਾਉਣਾ, ਮੋਦੀ ਨੂੰ ਅਸੀਂ ਪਹਿਲਾਂ ਵੀ ਹਰਾ ਚੁੱਕੇ ਹਾਂ ਅਤੇ ਹੁਣ ਵੀ ਹਰਾਵਾਂਗੇ, ਭਾਜਪਾ ਆਰਐਸਐਸ ਨੂੰ ਪਹਿਲਾਂ ਹੀ ਬੈਠ ਤੇ ਸਿੱਟਾਂ ਅਤੇ ਹੁਣ ਵੀ ਸਿੱਟਾਂਗੇ। ਉਸ ਅੰਦੋਲਨ ਦੀ ਐਡੀ ਵੱਡੀ ਦੇਣ ਹੈ ਜੋ ਆਰਐਸਐਸ, ਜੋ ਭਾਜਪਾ ਚਾਲਾਂ ਚੱਲ ਰਹੀ ਹੈ, ਉਹਦੇ ਚਾਲਾਂ ਨੇ ਜਿਹੜੀਆਂ ਜੋ ਪਹਿਲਾਂ ਜੋ ਹੁਣ ਵੀ ਬੜੀਆਂ ਵੱਡੇ ਵੱਡੇ ਚਾਲਾਂ ਚੱਲ ਰਹੀ ਹੈ, ਪਰ ਉਹ ਜਿਹੜੀਆਂ ਚਾਲਾਂ ਨੇ ਉਦੋਂ ਉਸ ਅੰਦੋਲਨ ਨੇ ਸਾਰੀਆਂ ਪਿੱਛੇ ਛੱਡਤੀਆਂ। ਆਹ ਅੰਦੋਲਨ ਨਵਾਂ ਚੱਲ ਪਿਆ, ਹੁਣ ਨਵੀਆਂ ਚਾਲਾਂ ਹੋਰ ਚੱਲਣ ਲੱਗ ਗਏ ਸੀਗੇ, ਜੋ ਆਰਐਸਐਸ ਜੋ ਸਾਨੂੰ ਧਰਮਾਂ ਦੇ ਨਾਂ ਤੇ ਲੜਾ ਕੇ ਮਾਰਦੀ ਹੈ, ਸਾਨੂੰ ਜਾਤੀ ਪਾਤੀ ਦੇ ਵਿੱਚ ਨਾਂ ਤੇ ਲੜਾ ਕੇ ਮਾਰਦੀ ਹੈ, ਇਹ ਅੰਦੋਲਨ ਜਿਹੜਾ ਆ ਜਿਹੜੇ ਲੋਕ ਜਾਗਰੂਕ ਹੋ ਗਏ, ਇਹ ਫਿਰ ਉਹ ਆਰਐਸਐਸ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਵੀਰੋ, ਨੌਜਵਾਨੋ, ਵੀਰੋ, ਮੈਂ ਸੋਸ਼ਲ ਮੀਡੀਆ ਤੇ ਵੀ ਦੇਖਦਾ, ਆਪਾਂ ਰੋਜ਼ ਹੀ ਦੇਖਦੇ ਹਾਂ, ਆਪਾਂ ਇੱਕ ਚੀਜ਼ ਦੀ ਪਛਾਣ ਨਹੀਂ ਅੱਜ ਤੱਕ ਕਰ ਸਕੇ, ਜਿਹਦੇ ਕਰਕੇ ਆਪਾਂ ਅੱਜ ਸਾਡਾ ਜਿਹੜਾ ਪੰਜਾਬ ਆ ਨਾ ਉਹ ਕਿਤੇ ਨਾ ਕਿਤੇ ਜਿਹੜਾ ਪਿੱਛੇ ਜਾਈ ਜਾਂਦਾ। ਪਰ ਜਿਹੜੀ ਪਛਾਣ ਆਪਾਂ ਨੂੰ ਕਿਹੜੀ ਕਰਨੀ ਚਾਹੀਦੀ ਆ, ਸਾਡਾ ਅਸਲ ਦੇ ਵਿੱਚ ਦੁਸ਼ਮਣ ਹੈ ਕੌਣ ਹੈ, ਸਾਨੂੰ ਆਫਤ ਦੇ ਵਿੱਚ ਲੜਾ ਕੇ ਮਾਰਿਆ ਜਾਂਦਾ, ਤੁਹਾਡਾ ਉਹ ਆਗੂ ਮਾੜਾ, ਤੁਹਾਡਾ ਉਹ ਆਗੂ ਮਾੜਾ। ਮੈਂ ਤੁਹਾਨੂੰ ਅੱਜ ਕਿਸਾਨ ਆਗੂ ਬਾਰੇ ਵੀ ਦੱਸ ਕੇ ਜਾਊਂ ਤੇ ਰਾਜਨੀਤਿਕ ਲੀਡਰ ਲੋਕਾਂ ਬਾਰੇ ਵੀ ਦੱਸ ਕੇ ਜਾਊਂ। ਰਾਜਨੀਤਿਕ ਲੀਡਰ ਤੇ ਲੋਕ ਲੀਡਰ ਦੇ ਵਿੱਚ ਕੀ ਫਰਕ ਹੁੰਦਾ ਤੁਹਾਨੂੰ ਉਹ ਵੀ ਦੱਸਣਾ ਮੈਂ। ਤੁਸੀਂ ਰਾਜਨੀਤਿਕ ਤੇ ਲੋਕ ਲੀਡਰ ਦੀ ਪਹਿਚਾਣ ਨਹੀਂ ਅੱਜ ਤੱਕ ਕਰ ਸਕੇ। ਹੁਣ ਜਿਹੜੇ ਰਾਜਨੀਤਿਕ ਲੀਡਰ ਨੇਗੇ, ਸਾਡਾ ਅਸਲ ਦੇ ਵਿੱਚ ਦੁਸ਼ਮਣ ਕੌਣ ਹੈ? ਦੁਸ਼ਮਣ ਸਾਡਾ ਉਹ ਹੈ ਜਿਹੜੇ ਸਾਡੇ ਰਾਜਕਰਤਾ ਲੋਕ, ਜਿਹੜੇ ਸਾਡੇ ਤੇ ਰਾਜ ਕਰਦੇ ਨੇ, ਵੋਟਾਂ ਵੇਲੇ ਸਾਨੂੰ ਵੱਡੇ ਵੱਡੇ ਗੱਪ ਮਾਰਦੇ ਨੇ, ਝੂਠ ਬੋਲਦੇ ਨੇ, ਸਾਡੇ ਤੋਂ ਵੋਟਾਂ ਲੈ ਜਾਂਦੇ ਨੇ, ਕੁਰਸੀਆਂ ਦੇ ਉੱਪਰ ਬਹਿ ਜਾਂਦੇ ਨੇਗੇ। ਉਹਨਾਂ ਦੀ ਇੱਕੋ ਹੀ ਥਿਊਰੀ ਆ ਵੀ ਪਾੜ ਕੇ ਇਹਨਾਂ ਨੂੰ ਲੋਕਾਂ ਨੂੰ ਰੱਖਣਾ ਤੇ ਕਿਵੇਂ ਅਸੀਂ ਰਾਜ ਕਰਨਾ, ਕਿਵੇਂ MLA ਬਣਨਾ, ਕਿਵੇਂ ਮੰਤਰੀ ਬਣਨਾ, ਕਿਵੇਂ ਮੁੱਖ ਮੰਤਰੀ ਬਣਨਾ। ਸਾਡੇ ਅਸਲ ਦੇ ਵਿੱਚ ਦੁਸ਼ਮਣ ਉਹ ਨੇ, ਚਾਹੇ ਉਹ ਪੰਜਾਬ ਦੇ ਲੀਡਰ ਨੇਗੇ, ਚਾਹੇ ਉਹ ਸੈਂਟਰ ਦੇ ਲੀਡਰ ਨੇਗੇ। ਵੋਟਾਂ ਵੇਲੇ ਸਾਡੇ ਕੋਲ ਝੂਠ ਬੋਲਦੇ ਨੇਗੇ, ਇੱਕ ਵੀ ਆਪਣੀ ਗੱਲ ਤੇ ਪੂਰ ਨਹੀਂ ਉਤਰਦੇ। ਜਿਹੜੇ ਕਹਿੰਦੇ ਸੀ ਜੀ 5 ਮਿੰਟਾਂ 'ਚ MSP ਦੇਵਾਂਗੇ, ਅਸੀਂ ਆਉਣ ਸਾਰ ਜਦੋਂ ਸਾਡੀ ਸਰਕਾਰ ਉਹ MSP ਦੇ ਦਾਂਗੇ, ਅੱਜ ਉਹ ਕਿੱਧਰ ਗਏ ਵੀਰੋ?
ਸਾਡਾ ਸਵਾਲ ਆ ਜਿਹੜਾ ਉਹ ਲੀਡਰਾਂ ਉਹ ਲੋਕਾਂ ਨੂੰ ਕਰਨਾ ਬਣਦਾ। ਅਸੀਂ ਆਪਣੇ ਲੀਡਰਾਂ ਨਾਲ ਹੀ ਲੜ ਲੱਗ ਜਾਂਦੇ ਹਾਂ, ਅਸੀਂ ਆਪਸ ਦੇ ਵਿੱਚ ਹੀ ਪਾਟੇ ਖੜੇ ਹਾਂ। ਸਾਡੀ ਦੁਸ਼ਮਣੀ, ਸਾਡੇ ਅਸਲ ਦੁਸ਼ਮਣ ਜਮਾਤ ਇਹ ਰਾਜਨੀਤਿਕ ਲੋਕ ਨੇਗੇ। ਤੁਸੀਂ ਆਪਸ ਦੇ ਵਿੱਚ ਪਾਟੇ ਹੋ, ਆਪੋ ਆਪਣੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ। ਅਸੀਂ ਅੱਜ ਇੱਕ ਸੋਸ਼ਲ ਮੀਡੀਆ ਦਾ ਦੌਰ ਹੈ, ਮੈਂ ਪੂਰੀ ਗੱਲ ਪਰਨ ਕਰੀ ਹੈ ਕਿ ਜਿਹੜੇ ਲੜਨ ਵਾਲੇ ਲੋਕ ਨੇਗੇ, ਅਸੀਂ ਆਪਸ ਦੇ ਵਿੱਚ ਕੋਈ 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 ਏਜੰਡਾ ਚਲਾਉਂਦਾ, ਕੋਈ ਕੋਈ ਏਜੰਡਾ ਚਲਾਉਂਦਾ, ਅਸੀਂ ਆਪਸ ਦੇ ਵਿੱਚ ਨਹੀਂ ਲੜਨਾ। ਜਿੱਦਾਂ ਤੁਸੀਂ ਇਸ ਚੀਜ਼ ਦੀ ਪਹਿਚਾਣ ਕਰਕੇ ਵੀ ਸਾਨੂੰ ਲੁੱਟ ਕੌਣ ਰਿਹਾ, ਸਾਨੂੰ ਮਾਰ ਕੌਣ ਰਿਹਾ, ਸਾਨੂੰ ਕੁੱਟ ਕੌਣ ਰਿਹਾ, ਉਦਣ ਇਹ ਪੰਜਾਬ ਕਾਮਯਾਬ ਹੋਜੂ, ਉਦਣ ਇਹ ਦੇਸ਼ ਕਾਮਯਾਬ ਹੋਜੂ। ਉਦਣ ਕਿਸੇ ਨੌਜਵਾਨ ਨੂੰ ਇੱਥੇ ਬਾਹਰ ਜਾਣ ਦੀ ਲੋੜ ਨੀਗੀ। ਪੰਜਾਬ ਵਰਗੀ ਜ਼ਰਖੇਜ਼ ਧਰਤੀ, ਆਹ ਹਰਿਆਣੇ ਵਰਗੀ ਜ਼ਰਖੇਜ਼ ਧਰਤੀ ਪੂਰੀ ਦੁਨੀਆਂ ਦੇ ਵਿੱਚ ਨਹੀਂ ਹੈਗੀ। ਇਹਨਾਂ ਨੇ ਸਾਨੂੰ ਕੰਗਾਲ ਕਰਕੇ ਸੁੱਟਤਾ। ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਪ੍ਰਵਾਸ, ਪ੍ਰਵਾਸ ਅੱਜ ਉਹੀ ਜਾਂਦਾ। ਕੋਈ ਵੀ ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ। ਤੁਸੀਂ ਦੇਖਿਆ ਹੋਣਾ ਜਦੋਂ ਮੈਂ ਸਮੱਸਿਆ ਨੂੰ ਸਮਝਿਆ, ਮੈਂ ਇਕੱਲਿਆਂ ਟਰੈਵਲਿੰਗ ਏਜੰਟਾਂ ਵਾਲੀ ਜਾਂ ਇਹਨਾਂ ਦੀ ਸਮੱਸਿਆ ਨੂੰ ਨਹੀਂ ਸਮਝਿਆ। ਮੈਂ ਤੁਸੀਂ ਦੇਖਿਆ ਹੋਣਾ ਕਿਤੇ ਟੋਲਾਂ 'ਤੇ ਲੜਦਾ, ਕਿਤੇ ਘੱਲ ਖੁਰਦੀਆਂ ਨਹਿਰਾਂ 'ਤੇ ਲੜਦਾ, ਕਿਤੇ ਫੈਕਟਰੀਆਂ ਮੂਹਰੇ ਲੜਦਾ, ਮੈਂ ਆਪਣੇ ਬਾਪੂਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਦਾ। ਪਰ ਨੌਜਵਾਨੋ, ਜਿਹੜਾ ਪ੍ਰਵਾਸ ਦਾ ਮੁੱਦਾ, ਅੱਜ ਪੰਜਾਬ ਖਾਲੀ ਹੋਈ ਤਰ੍ਹਾਂ ਦਾ, ਕੋਈ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ। ਮੈਂ ਇਹ ਮਾਫੀਏ ਦੇ ਨਾਲ ਪੂਰਾ, ਸਭ ਤੋਂ ਦੁਨੀਆਂ ਦਾ ਅਮੀਰ ਮਾਫੀਆ, ਇਹਨਾਂ ਦੇ ਨਾਲ ਮੈਂ ਪੂਰੀ ਟੱਕਰ ਸਿਰ ਕੱਢਵੀਂ ਟੱਕਰ ਲਈ ਕਿ ਮੈਂ ਕਿਹਾ ਮੈਂ ਤੁਹਾਨੂੰ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ। 35,000 ਏਜੰਟ ਹੈ ਪੰਜਾਬ ਦੇ ਵਿੱਚ, ਇਸ ਕਰਕੇ। ਪਰ ਇਹ ਮਾਫੀਆ ਦੀ ਜੜ ਅੱਧੀ ਤਾਂ ਪੱਟਦੀ, ਅੱਧੀ ਪੱਟ ਦੇਣੀ ਆਉਣ ਵਾਲੇ ਦਿਨਾਂ ਦੇ ਵਿੱਚ। ਰਾਜਨੀਤਿਕ ਲੀਡਰ ਲੋਕ ਸਾਡੇ ਪੰਜਾਬ ਨੂੰ ਖਾਲੀ ਕਰਨ 'ਤੇ ਲੱਗੇ ਹੋਏ ਨੇਗੇ। ਇਹ ਚਾਹੁੰਦੇ ਨੇ ਕਿ ਪੰਜਾਬ ਦੇ ਨੌਜਵਾਨ ਬਾਹਰ ਜਾਣ, ਇਸ ਪੰਜਾਬ ਦੇ ਉੱਪਰ ਕਿਵੇਂ ਜਿਹੜਾ ਕਾਬਜ਼ ਹੋਣਾ। ਦੂਜੀ ਸਮੱਸਿਆ ਸਭ ਤੋਂ ਵੱਡੀ ਸਾਡੇ ਪੰਜਾਬ ਦੀ, ਨਸ਼ਾ ਹੈ। ਨਸ਼ਾ ਸਾਡੇ ਪੰਜਾਬ ਨੂੰ ਘੁਣ ਵਾਂਗੂ ਖਾਈ ਜਾਂਦਾ। ਮੈਂ ਜੇਲ੍ਹ ਦੇ ਵਿੱਚ ਜਿੰਨੇ ਦਿਨ ਰਿਹਾ, ਮੈਂ ਪਹਿਲਾਂ ਵੀ ਇੱਥੇ ਗੱਲ ਦੱਸੀ ਸੀਗੀ ਕਿ ਮੈਂ 10 ਨੌਜਵਾਨਾਂ ਦੇ ਜੀਵ ਥੱਲੇ ਧਰਨ ਵਾਲੀ ਗੋਲੀ ਛੜਾ ਕੇ ਆਇਆ। 10 ਨੌਜਵਾਨਾਂ ਦੀ ਦੱਸਿਆ ਵੀ ਸਾਡਾ ਇਤਿਹਾਸ ਕੀ ਹੈ, ਅਸੀਂ ਕਿਸ ਗੁਰੂ ਦੇ ਵਾਰਸ ਹੈ। ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਵਾਰਸ ਅਸੀਂ, ਜਿਸ ਨੇ ਸਰਬੰਸ ਵਾਰਤਾ। ਇਹ ਡਰਦੇ ਨੇਗੇ ਲੋਕ, ਇਹਨਾਂ ਨੂੰ ਪਤਾ ਵੀ ਉਹ ਕਿਹੜੀ ਕੌਮ ਆ, ਕਿਹਦੇ ਨਾਲ ਮੱਥਾ ਲਾਇਆ। ਇਹ ਅੱਜ ਮੈਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਵੀ ਕਿਹੜਾ 30,000 ਜਿਹੜੇ ਅਥਰੂ ਗੈਸ ਵਾਲੇ ਜਿਹੜੇ ਗੋਲੇ ਜੇ ਨੇਗੇ, ਉਹ ਇਹਨਾਂ ਨੇ ਹੋਰ ਆਰਡਰ ਦਿੱਤਾ ਬਣਵਾਉਣ ਦਾ। ਮੈਂ ਕਹਿੰਦਾ ਤੁਸੀਂ ਉਹ ਗੋਲਿਆਂ ਦਾ ਆਰਡਰ ਨਾ ਦਿਓ ਮੋਦੀ ਨੂੰ। ਮੈਂ ਗੱਲ ਕਰਨਾ, ਮੋਦੀ ਧਿਆਨ ਨਾਲ ਗੱਲ ਸੁਣਨਾ, ਸੈਂਟਰ ਸਰਕਾਰ ਹੈ ਧਿਆਨ ਨਾਲ ਗੱਲ ਸੁਣਨਾ। ਸਾਡੇ ਲਈ ਪਰਮਾਣੂ ਬੰਬ ਮੰਗਾ ਸੀ, ਉਹਨਾਂ ਨਾਲ ਵੀ ਮਰਨ ਵਾਲੇ ਨਹੀਂ ਹੈਗੇ, ਅਸੀਂ ਤੇਰੇ ਅਥਰੂ ਗੈਸ ਵਾਲੇ ਦੱਬ ਜਾਂਗੇ। ਜਿਨ੍ਹਾਂ ਨੇ ਕਰਕੇ ਦੇਸ਼ ਵਸਦਾ, ਸਾਡੇ ਗੁਰੂ ਸਾਹਿਬਾਨ ਨੇ ਮੁਗਲਾਂ ਦੀ ਜੜ ਪੱਟੀ, ਅਸੀਂ ਅੰਗਰੇਜ਼ਾਂ ਦੀ ਜੜ ਪੱਟੀ। ਇਸ ਕਰਕੇ ਅੱਜ ਜੇ ਤੁਸੀਂ ਭੁੱਖੇ ਜਦੋਂ ਮਰਦੇ ਸੀਗੇ, ਚਲੋ ਤੁਹਾਡੇ ਕੋਲ ਦੇਸ਼ ਕੋਲ ਨਾਜ ਨਹੀਂ ਸੀ ਹੈਗਾ। ਮੋਦੀ ਤੇਰੇ ਵਾਲੀ ਗੱਡੀ ਦੇ ਉੱਪਰ ਕਿਤੇ ਇੰਦਰਾ ਗਾਂਧੀ ਬੈਠੀ ਸੀ, ਕਿਤੇ ਜਿਹੜੇ ਨਹਿਰੂ ਵਰਗੇ ਬੈਠੇ ਸੀਗੇ, ਜਿਹਦੇ ਗੱਲਾਂ ਜਾ ਕੇ ਹੋਰ ਦੇਸ਼ਾਂ ਅੱਗੇ ਕਰਦੇ ਸੀ ਕਿ ਸਾਡਾ ਦੇਸ਼ ਭੁੱਖਾ ਮਰ ਰਿਹਾ, ਸਾਡੇ ਕੋਲ ਖਾਣ ਨੂੰ ਅਨਾਜ ਨਹੀਂ ਹੈਗਾ। ਤਾਂ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੇ ਟਿੱਬੇ ਕਰਾ ਕੇ ਇਸ ਦੇਸ਼ ਦਾ ਅਨਾਜ ਦੇ ਭੰਡਾਰ ਭਰੇ। ਅੱਜ ਜੇ ਅਸੀਂ ਤੁਸੀਂ, ਤੁਹਾਨੂੰ ਅਸੀਂ ਰਜਾਤ ਆ, ਤੁਸੀਂ ਰੱਜੇ ਹੋ, ਸਾਡੇ ਤੋਂ ਤਿਆਗ ਕਰੂਤਾ ਕਰਦੇ ਹੋ, ਤੁਸੀਂ ਸਾਡੇ ਉੱਪਰ ਕਰ ਕੀ ਰਹੇ ਹੋ, ਆ ਸਾਡੇ ਉੱਪਰ ਗੋਲੀਆਂ ਦਾਗ ਰਹੇ ਹੋ। ਅਸੀਂ ਇਹਨਾਂ ਨਾਲ ਮਰਨ ਵਾਲੀ ਕੌਮ ਨਹੀਂ ਹੈਗੀ, ਤੁਸੀਂ ਚਾਹੇ ਬੰਬ ਲਿਆਓ ਚਾਹੇ ਤੋਪਾਂ ਪੀੜਦੇ ਸੀ, ਇਹਨਾਂ ਨਾਲ ਵੀ ਮਰਨ ਵਾਲੇ ਨਹੀਂ ਹੈਗੇ। ਪਰ ਇੱਕ ਚੀਜ਼, ਸੈਂਟਰ ਸਰਕਾਰ ਤੇ ਪੰਜਾਬ ਦੇ ਰਾਜਨੀਤਿਕ ਲੀਡਰ ਜਿਹੜੇ ਇਹਨਾਂ ਸੈਂਟਰ ਦੇ ਨਾਲ ਮਿਲੇ ਹੋਏ ਨੇ, ਉਹ ਆਪਣੇ ਗੱਲ ਧਿਆਨ ਦੇ ਵਿੱਚ, ਇੱਕ ਦਿਮਾਗ ਦੇ ਵਿੱਚ ਇੱਕ ਗੱਲ ਫਿੱਟ ਕਰ ਲੈਣ ਕਿ ਜਿੱਦਣ ਇਹ ਪੰਜਾਬ ਨੇ, ਜਿੱਦਣ ਇਹ ਕੌਮ ਨੇ ਇਹਨਾਂ ਦੇ ਸਿਰ ਤੋਂ ਹੱਥ ਚੱਕ ਲਿਆ, ਤਾਂ ਇਹਨਾਂ ਦੇ ਉੱਪਰ ਚੀਨ ਨੇ ਕਾਬਜ਼ ਹੋਣਾ, ਚੀਨ ਨੇ ਇਹਨਾਂ ਨੂੰ ਆਥਣ ਨੂੰ ਦੱਬ ਲੈਣਾ। ਦੁਨੀਆਂ ਨੂੰ ਪਤਾ ਸਾਡੇ ਇਤਿਹਾਸ ਦਾ, ਪਾਕਿਸਤਾਨ ਨੂੰ ਸਾਡੇ ਇਤਿਹਾਸ ਦਾ ਪਤਾ ਕਿ ਪੰਜਾਬੀਆਂ ਦਾ ਇਤਿਹਾਸ ਕੀ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਦਾ ਇਤਿਹਾਸ ਕੀ ਹੈ। ਇਹ ਇਤਿਹਾਸ ਪੜ੍ਹ ਲੈਣ, ਇਹ ਉਸ ਇਤਿਹਾਸ ਤੋਂ ਪਿੱਛੇ ਹਟਦੇ ਨੇਗੇ। ਇਸ ਕਰਕੇ ਵੀਰੋ, ਆਪਾਂ ਨੂੰ ਕਿੱਥੇ ਲੜਾ ਕੇ ਰੱਖਿਆ ਜਾਂਦਾ, ਆਪਾਂ ਨੂੰ ਕਿੱਥੇ ਪਾੜ ਕੇ ਰੱਖਿਆ ਜਾਂਦਾ। ਅੱਜ ਤੁਸੀਂ ਕਹੋਗੇ ਕਿ ਸਾਡੀ ਸੈਂਟਰ ਸਰਕਾਰ ਦੁਸ਼ਮਣ ਹੈ, ਸਾਡੇ ਦੁਸ਼ਮਣ ਓਡੇ ਵੱਡੇ ਸਾਡੇ ਪੰਜਾਬ ਦੇ ਰਾਜਨੀਤਿਕ ਲੀਡਰ ਨੇ, 117 MLA ਨੇ ਪੰਜਾਬ ਦੇ, 13 MP ਨੇ, 7 ਰਾਜ ਸਭਾ ਮੈਂਬਰ ਨੇਗੇ, ਤੇ ਜਿੰਨੇ ਮੰਤਰੀ ਨੇ, ਜਿੰਨੇ MLA ਨੇ, ਮੁੱਖ ਮੰਤਰੀ ਹੈ ਸਾਡੇ ਪੰਜਾਬ ਦਾ।
ਅੱਜ ਲੜਾਈ ਸਾਡੀ ਕਿਹਨੂੰ ਲੜਨੀ ਬਣਦੀ ਹੈ? ਅਸੀਂ ਜਿਹਨਾਂ ਨੂੰ ਚੁਣ ਕੇ ਕੁਰਸੀਆਂ ਦੇ ਉੱਪਰ ਬਿਠਾਇਆ, ਸਾਡੇ ਉੱਪਰ ਗੋਲੇ ਦਾਗੇ ਜਾ ਰਹੇ ਨੇ, ਇੱਥੇ ਡਰਾਮੇ ਕਰ ਰਹੇ ਨੇ ਲੀਡਰ ਪੰਜਾਬ ਦੇ ਵਿੱਚ, ਕਿਸਾਨਾਂ ਦੇ ਉੱਪਰ ਧੱਕਾ ਹੋ ਰਿਹਾ, ਕਿਸਾਨਾਂ ਦੇ ਉੱਪਰ ਉਹ ਹੋ ਰਿਹਾ, ਰਲੇ ਮਿਲੇ ਨੇ ਉਹ ਸੈਂਟਰ ਸਰਕਾਰ ਨਾਲ। ਇਹ ਜਾ ਕੇ MLA MP ਰਾਜਸਭਾ ਮੈਂਬਰ ਮੁੱਖ ਮੰਤਰੀ ਇਹ ਦਿੱਲੀ ਦੇ ਵਿੱਚ ਜਾ ਕੇ ਕਿਉਂ ਨਹੀਂ ਮਜ਼ਾਕ ਕਰਦੇ? ਅਸੀਂ ਕਦੋਂ ਕਹਿੰਦੇ ਤੁਹਾਨੂੰ ਤੁਸੀਂ ਜਾ ਕੇ ਉਹਨਾਂ ਨਾਲ ਡਾਂਗਾ ਨਾਲ ਲੜੋ ਭਾਜਪਾ ਨਾਲ? ਤੁਸੀਂ ਜਾ ਕੇ ਨੈਸ਼ਨਲ ਮੀਡੀਆ ਨੂੰ ਇਹ ਗੱਲ ਤਾਂ ਦੱਸ ਸਕਦੇ ਹੋ, ਜਾਂ ਲੋਕ ਸਭਾ ਮੂਹਰੇ ਜਾਂ ਜੰਤਰ ਮੰਤਰ ਮੂਹਰੇ ਇੱਕ ਗੱਲ ਤਾਂ ਤੁਸੀਂ ਜਾ ਕੇ ਕਹਿ ਸਕਦੇ ਹੋ ਕਿ ਕਿਸਾਨਾਂ ਦੇ ਉੱਪਰ ਇੰਨਾ ਤਸ਼ੱਦਦ ਕਿਉਂ ਕਰ ਰਹੇ ਹੋ? ਤੁਸੀਂ ਉੱਥੇ ਜਾ ਕੇ ਕਿਉਂ ਨਹੀਂ ਬੋਲਦੇ? ਤੁਸੀਂ ਲੋਕਤੰਤਰ ਦੁਆਰਾ ਚੁਣੇ ਹੋਏ ਲੋਕ ਹੋ, ਤੁਸੀਂ ਕਿਉਂ ਨਹੀਂ ਬੋਲ ਰਹੇ? ਤੁਸੀਂ ਡਰਦੇ ਹੋ, ਤੁਸੀਂ ਸਾਡੇ ਪੰਜਾਬ ਨੂੰ ਵੇਚਦੇ ਹੋ, ਸਾਡੀ ਕੌਮ ਨੂੰ ਵੇਚਦੇ ਹੋ, ਤੁਹਾਡਾ ਸੈਂਟਰ ਸਰਕਾਰ ਅੱਗੇ ਮੂੰਹ ਨਹੀਂ ਖੁੱਲਦਾ? ਪਤਾ ਕਿ ਤੁਸੀਂ ਆਪਣੀ ਕੁਰਸੀ ਦੇ ਮਾਰੇ ਸਾਰੇ ਇਹਨਾਂ ਨਾਲ ਵਿਕੇ ਹੋਏ ਹੋ, ਸਾਰੇ ਵਿਕੇ ਹੋਏ ਹੋ ਤੁਸੀਂ। ਇਹਨਾਂ ਦਾ ਹੱਕ ਬਣਦਾ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਇਸ ਤਰ੍ਹਾਂ ਹੀ ਕਾਮਯਾਬ ਹੋਣਾ, ਇਹਨਾਂ ਦੇ ਸਾਰੇ ਜਿਹੜੇ ਸਾਡੇ ਜਿੰਨੇ ਵੀ MLA ਨੇਗੇ ਸਾਰਿਆਂ ਨੂੰ ਆਪਣੇ ਹਲਕਾ ਮੁਤਾਬਕ ਇਹਨਾਂ ਨੂੰ ਇਹ ਗੱਲ ਕਹਿਣੀ ਹੈ ਕਿ ਤੁਸੀਂ ਦਿੱਲੀ ਜਾਓ, ਚਾਹੇ ਇਕੱਠੇ ਹੋ ਕੇ ਤੁਸੀਂ ਜਾ ਕੇ ਲੱਗ ਕੇ ਅੰਦੋਲਨ ਸ਼ੁਰੂ ਕਰੋ। ਕੋਈ ਕਹਿੰਦਾ ਮੈਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਦਾ, ਪੰਜਾਬ ਐਵੇਂ ਬਚੂ? ਪੰਜਾਬ ਜਾਓ, ਜਾ ਕੇ ਪੰਜਾਬ ਲਈ ਜੇ ਲੜਨਾ ਤਾਂ ਦਿੱਲੀ ਦੇ ਵਿੱਚ ਜਾ ਕੇ ਲੜੋ। ਜੇ ਅਸੀਂ ਸਾਡੇ ਕਿਸਾਨ ਆਗੂ ਇਹ ਗੱਲ ਕਹਿੰਦੇ ਕਿ ਅਸੀਂ ਪੰਜਾਬ ਦੇ ਵਿੱਚ ਬੈਠੇ ਹਾਂ, ਪੰਜਾਬ ਦੇ ਵਿੱਚ ਬੈਠੇ ਮਸਲੇ ਹੱਲ ਹੋ ਜਾਣਗੇ, ਮੈਨੂੰ ਇਹ ਗੱਲ ਦੱਸੋ ਬਾਪੂ, ਪੰਜਾਬ ਦੇ ਵਿੱਚ ਬੈਠ ਕੇ ਮਸਲੇ ਹੱਲ ਹੋ ਜਾਣਗੇ? ਦੱਸੋ ਬਾਪੂ, ਹੋ ਸਕਦੇ ਨੇ? ਇਹ ਫਿਰ ਪੰਜਾਬ ਦੇ ਵਿੱਚ ਬੈਠੇ ਹੀ ਡਰਾਮੇ ਕਰੀ ਜਾਂਦੇ ਨੇ ਇਹ ਲੀਡਰ ਨੇਗੇ, ਜਿਹੜੇ ਸਾਨੂੰ ਬੇਵਕੂਫ ਬਣਾਈ ਜਾਂਦੇ ਨੇਗੇ। ਜਿੱਥੇ ਗੱਲ ਬੋਲਣ ਵਾਲੀ ਹੈ, ਜਿੱਥੇ ਤੁਹਾਡੇ ਹੱਕਾਂ ਦੀ ਗੱਲ ਹੈ, ਲੋਕ ਸਭਾ ਦੇ ਵਿੱਚ ਕੋਈ ਵਿਧਾਨ ਸਭਾ ਦੇ ਵਿੱਚ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ, ਇਹਨਾਂ ਦਾ ਮੂੰਹ ਟੁੱਟ ਜੇ ਯਾਰ। ਕਿਸੇ ਨੂੰ ਇਹ ਨਹੀਂ ਪਤਾ ਕਿ ਸਾਡੇ ਹੱਕ ਕੀ ਨੇ, ਸਾਡਾ ਪੰਜਾਬ ਕਿੱਥੇ ਮਰਿਆ ਪਿਆ, ਸਾਡੇ ਪੰਜਾਬ ਦੇ ਕੀ, ਸਾਡੇ ਪੰਜਾਬ ਦੇ ਜਿਹੜੇ ਸਾਡੇ ਪੰਜਾਬ ਦੇ ਹੱਕ ਨੇਗੇ, ਸਾਡੇ ਪੰਜਾਬ ਦੀਆਂ ਸਮੱਸਿਆਵਾਂ ਕੀ ਨੇਗੀਆਂ। ਇਹ ਸਿਰਫ ਔਰ ਸਿਰਫ ਇਸ ਕਰਕੇ ਨੌਜਵਾਨ ਇਹ ਗੱਲਾਂ ਤੁਹਾਨੂੰ ਮੈਂ ਤਾਂ ਦੱਸ ਰਿਹਾ ਕਿ ਸਾਡਾ ਅਸਲੀ ਦੁਸ਼ਮਣ ਪਛਾਣੀਏ। ਸਿਰਫ ਔਰ ਸਿਰਫ ਇਹਨਾਂ ਦੀ ਸੋਚ ਕੀ ਹੈ, ਜਿਹੜੇ ਰਾਜਕਰਤਾ ਲੋਕ ਨੇ, ਰਾਜਕਰਤਾ ਸ਼੍ਰੇਣੀ ਹੈ, ਇਹਨਾਂ ਦੀ ਸੋਚ ਇਹ ਹੈ ਕਿ ਬਸ ਲੋਕਾਂ ਨੂੰ ਝੂਠ ਮਾਰਿਆ, ਕੁਰਸੀ ਦੇ ਉੱਪਰ ਬੈਠ ਕੇ ਗੰਨਮੈਨ ਮਿਲ ਕੇ ਆਪਣੇ ਘਰ ਭਰਨੇ, ਆਪਣੇ ਰਿਸ਼ਤੇਦਾਰਾਂ ਦੇ ਘਰ ਭਰਨੇ ਹੈ। ਬਸ MLA ਸਾਹਿਬ ਆ ਗਿਆ, ਪਰਾ ਹੋ ਜਾਓ MLA ਸਾਹਿਬ ਆ ਗਿਆ, ਪਰਾ ਹੋ ਜਾਓ ਮੰਤਰੀ ਸਾਹਿਬ ਆ ਗਿਆ, ਆਹ ਸੋਚ ਇਹਨਾਂ ਦੀ, ਗੰਨਮੈਨ ਲੈ ਕੇ ਭੱਜੇ ਫਿਰਦੇ ਨੇਗੇ। ਇਸ ਤੋਂ ਉੱਪਰ ਕੋਈ ਸੋਚ ਨਹੀਂ ਹੈਗੀ ਇਹਨਾਂ ਦੀ ਕਿ ਅੱਜ ਪੰਜਾਬ ਦਾ ਪ੍ਰਵਾਸ, ਪੰਜਾਬ ਦੇ ਵਿੱਚ ਨਸ਼ਾ, ਪੰਜਾਬ ਦੇ ਜਿਹੜੇ ਪਾਣੀ ਨੇਗੇ ਉਹ ਖੋ ਕੇ ਲੈ ਗਏ, ਪੰਜਾਬ ਦੇ ਇਤਿਹਾਸ ਦੇ ਉੱਪਰ ਡਾਕਾ, ਪੰਜਾਬ ਦਾ ਇਤਿਹਾਸ ਮਲੀਆਮੇਟ ਕੀਤਾ ਜਾ ਰਿਹਾ। ਅੱਜ ਪੰਜਾਬ ਦੇ ਉੱਪਰ, ਪੰਜਾਬ ਦਾ ਚੰਡੀਗੜ੍ਹ ਹੈ ਉਹਦੇ ਵਿੱਚ ਜਾਣ 'ਤੇ ਕਿੰਤੂ ਪ੍ਰੰਤੂ ਹੁੰਦੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਛੱਡਿਆ ਗਿਆ, ਡਿਬਰੂ ਕਰਦੇ ਜੇਲ੍ਹਾਂ ਛੱਡਿਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ, ਉਹਦੇ ਉੱਪਰ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਮੂੰਹ ਟੁੱਟ ਜੇ ਇਹਨਾਂ ਦਾ ਯਾਰ, ਇਹਨਾਂ ਦਾ ਮੂੰਹ ਟੁੱਟ ਜੇ 28 ਸਾਲ ਦੇ ਜੇਲ੍ਹਾਂ ਦੇ ਵਿੱਚ ਬੈਠੇ ਨੇ, ਉਹਨਾਂ ਦੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ। ਇਸ ਕਰਕੇ ਮੇਰੇ ਵੀਰੋ, ਮੇਰੇ ਭਰਾਵੋ, ਜਿਹੜੇ ਰਾਜਨੀਤਿਕ ਲੀਡਰ ਤੇ ਲੋਕ ਲੀਡਰ ਦੇ ਵਿੱਚ ਫਰਕ ਇਹ ਹੁੰਦਾ ਕਿ ਰਾਜਨੀਤਿਕ ਲੀਡਰ ਜਿਹੜਾ ਤਲਬੇ ਚੱਟ ਕੇ ਬਣਦਾ, ਜਿਵੇਂ ਕਿ ਕੀ ਹੁੰਦਾ, ਸੈਂਟਰ ਸਰਕਾਰ ਆ ਜਿਹੜੀ, ਕੋਈ ਸੈਂਟਰ ਸਰਕਾਰ ਦਾ ਜਿਹੜਾ ਮੰਤਰੀ ਹੈ ਉਹਦੇ ਪੂਰੇ ਤਲਬੇ ਚੱਟਣਗੇ, ਚਾਹੇ ਲੱਖ ਗਲਤੀ ਹੋਵੇ। ਸਾਡਾ ਮੋਦੀ ਜਿੰਦਾਬਾਦ, ਸਾਡਾ ਕੇਜਰੀਵਾਲ ਜਿੰਦਾਬਾਦ, ਕੇਜਰੀਵਾਲ ਤੇ ਚਾਹੇ ਲੱਖ ਸਾਪੇ ਵੱਜੀਆਂ ਈਡੀ ਦੇ, ਉਹਨਾਂ ਨੇ ਬਸ ਇੱਕੋ ਹੀ ਗੱਲ ਕਹਿਣੀ ਹੈ, ਕੇਜਰੀਵਾਲ ਜਿੰਦਾਬਾਦ। ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਹੈ, ਚਾਹੇ ਕਿੰਨਾ ਮਰਜ਼ੀ ਗਲਤ ਹੋਵੇ ਬਾਦਲਾਂ ਤੋਂ, ਜੋ ਮਰਜ਼ੀ ਗਲਤੀਆਂ ਹੋ ਗਈਆਂ ਹੋਣ, ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਹੈ, ਸਾਡਾ ਬਾਦਲ ਵਰਗਾ ਕੋਈ ਨਹੀਂ ਹੈਗਾ। ਇੱਕੋ ਹੀ ਗੱਲ ਕਹਿਣੀ ਹੈ ਕਿ ਸਾਡੇ ਕਾਂਗਰਸ ਦੇ ਲੀਡਰਾਂ ਵਰਗਾ ਕੋਈ ਨਹੀਂ ਗੱਲ ਹੈਗਾ। ਇਹ ਥੱਲੇ ਵਾਲੇ ਲੀਡਰ ਕਹਿੰਦੇ ਨੇਗੇ, ਥੱਲੇ ਵਾਲੇ ਲੀਡਰ ਹੀ ਜਾ ਕੇ MLA ਬਣਦੇ ਨੇ, ਫਿਰ ਮੰਤਰੀ ਬਣਦੇ ਨੇਗੇ। ਇਹ ਤਲਬੇ ਚੱਟ ਕੇ ਜਿਹੜੇ ਇਹ ਮੰਤਰੀ ਬਣਦੇ ਨੇ, ਤਲਬੇ ਚੱਟ ਕੇ ਜਿਹੜੇ ਮੰਤਰੀ ਬਣਦੇ ਨੇਗੇ, MLA ਬਣਦੇ ਨੇ, ਇਹਨਾਂ ਨੂੰ ਕਹਿੰਦੇ ਨੇ ਰਾਜਨੀਤਿਕ ਲੀਡਰ ਲੋਕ। ਇੱਕ ਹੁੰਦੇ ਨੇ ਲੋਕ ਲੀਡਰ, ਜਿਹੜੇ ਲੋਕਾਂ ਲਈ ਲੜਦੇ ਨੇ, ਜੇਲ੍ਹਾਂ ਕੱਢਦੇ ਨੇ, ਲੋਕਾਂ ਲਈ ਮਰਦੇ ਨੇਗੇ, ਉਹ ਲੋਕਾਂ ਦੇ ਲਈ ਅਮਰ ਹੋ ਜਾਂਦੇ ਨੇ, ਲੋਕਾਂ ਲਈ ਸ਼ਹੀਦ ਹੋ ਜਾਂਦੇ ਨੇਗੇ। ਜਿਵੇਂ ਬਾਈ ਦੀਪ ਦੀ ਗੱਲ ਕਰੀਏ, ਜਿਹੜੇ ਜਿਹੜੇ ਨੌਜਵਾਨ ਸਾਡੇ ਕਿਸਾਨ ਆਗੂਆਂ ਦੀ ਗੱਲ ਕਰੀਏ, ਜਿਨ੍ਹਾਂ ਨੇ ਵੀ ਪੰਜਾਬ ਦੀ ਗੱਲ ਕੀਤੀ ਹੈ,
ਜਿਹੜੇ ਪੰਜਾਬ ਲਈ ਲੜੇ ਨੇ ਉਹ ਹੁੰਦੇ ਨੇ ਲੋਕ ਲੀਡਰ। ਲੋਕ ਲੀਡਰ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦੇ ਨੇਗੇ, ਉਹ ਲੋਕਾਂ ਲਈ ਜੇਲ੍ਹਾਂ ਕਰਦੇ, ਲੋਕਾਂ ਲਈ ਮਰਦੇ ਨੇਗੇ। ਪਰ ਇਹਨਾਂ ਲੀਡਰਾਂ ਨੂੰ, ਲੋਕਾਂ ਨੂੰ, ਇਹਨਾਂ ਨੂੰ ਕੋਈ, ਜਦੋਂ ਇਹ ਮਰ ਜਾਂਦੇ ਨੇ ਇਹਨਾਂ ਨੂੰ ਕੋਈ ਯਾਦ ਕਰਨ ਨੂੰ ਤਿਆਰ ਨਹੀਂ, ਲੋਕਾਂ ਨੂੰ ਇਹਨਾਂ ਨੂੰ ਗਾਲਾਂ ਕਰਦੇ ਨੇਗੇ। ਇਸ ਕਰਕੇ ਇੱਕ ਚੀਜ਼ ਮੈਂ ਇਹਨਾਂ ਰਾਜਨੀਤਿਕ ਲੀਡਰ ਲੋਕਾਂ ਨੂੰ ਕਹਿ ਦੇਣਾ ਚਾਹੁੰਦਾ, ਤੁਹਾਨੂੰ ਅਸੀਂ ਕੁਰਸੀਆਂ ਦੇ ਉੱਪਰ ਬਿਠਾਇਆ, ਤੁਸੀਂ ਸਾਡੇ ਹੱਕਾਂ ਦੀ ਗੱਲ ਕਰਨ ਨੂੰ ਤਿਆਰ ਨਹੀਂ, ਪਰ ਇੱਕ ਗੱਲ ਯਾਦ ਰੱਖਿਓ, ਜਦੋਂ ਤੁਸੀਂ ਮਰੋਗੇ ਤੁਹਾਡੇ ਨਾਲ ਮਰਨ ਸਮੇਂ ਤੁਹਾਡੇ ਨਾਲ ਗਾਲਾਂ ਜਾਣੀਆਂ ਨੇ, ਤੁਹਾਡੇ ਨਾਲ ਹੋਰ ਕੱਖ ਨਹੀਂ ਜਾਣਾ। ਜਿਹੜਾ ਕੋਈ ਬੰਦਾ ਸਮਾਜ ਲਈ, ਸਾਡਾ ਸਭ ਤੋਂ ਵੱਡਾ ਕਰਮ ਹੈ ਕਿ ਸਾਨੂੰ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ, ਸਾਨੂੰ ਇਨਸਾਨ ਬਣਾਇਆ। ਬਹੁਤ ਜਨਮ ਪਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਤੋਂ ਦਰਸ਼ਨ ਦੇਖੇ। ਇਹ ਪਰਮਾਤਮਾ ਨੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਹੋਇਆ, ਇਹ ਮਨੁੱਖਾ ਜਿਹੜਾ ਜਨਮ ਮਿਲਿਆ ਹੋਇਆ ਨਾ, ਇਸ ਕਰਕੇ ਇਸ ਤੋਂ ਵਿੱਚ ਜਿਹੜਾ ਤੁਸੀਂ ਕਰਮ ਕਰੋਗੇ, ਜੋ ਬੀਜੋਗੇ ਵੱਢਣਾ ਪੈਣਾ। ਜੇ ਕਣਕ ਬੀਜੇ ਤਾਂ ਕਣਕ ਹੀ ਵੱਢੋਗੇ, ਝੋਨਾ ਨਹੀਂ ਵੱਢੋਗੇ। ਇਸ ਕਰਕੇ ਜੋ ਕਰਮ ਕਰਕੇ ਜਾਓਗੇ ਤੁਹਾਡੇ ਨਾਲ ਜਾਣਾ। ਇਹ ਲੀਡਰ ਲੋਕ ਧਿਆਨ ਨਾਲ ਗੱਲ ਸੁਣ ਲੈਣ, ਤੁਹਾਨੂੰ ਇਹ ਲੋਕਾਂ ਦੀਆਂ ਗਾਲਾਂ ਹੀ ਮਿਲਣਗੀਆਂ। ਤੁਹਾਡੇ ਪਰ ਹਜੇ ਵੇਲਾ, ਸੁਧਰ ਜਾਓ, ਸੁਧਰ ਜਾਓ, ਸਾਡੇ ਹੱਕਾਂ ਦੀ ਗੱਲ ਕਰੋ, ਸਾਡੇ ਪੰਜਾਬ ਦੀ ਗੱਲ ਕਰੋ। ਆਹ ਸਾਡੇ ਇਤਿਹਾਸ ਦੇ ਉੱਪਰ ਡਾਕੇ ਨੇਗੇ ਵੀਰੋ। ਇਸ ਕਰਕੇ ਮੇਰੇ ਨੌਜਵਾਨ ਭਰਾਵੋ, ਅਸੀਂ ਆਫਤ ਦੇ ਵਿੱਚ ਨਾ ਲੜਾਈ ਕਰੀਏ, ਸਾਡੇ ਆਗੂਆਂ ਨਾਲ ਨਾ ਲੜਾਈ ਕਰੀਏ। ਹੁਣ ਫਰਜ਼ ਕਰੋ, ਪਿੱਛੇ ਜੇ ਗੱਲ ਚੱਲੀ ਕਿ ਸਾਡੇ ਆਗੂ ਸਾਹਿਬਾਨ ਕੋਈ ਲੱਖ ਰੁਪਇਆ ਖਾ ਗਿਆ, ਕੋਈ 10 ਲੱਖ ਰੁਪਇਆ ਖਾ ਗਿਆ, ਚਲੋ ਮੈਂ ਤੁਹਾਡੀ ਗੱਲ ਮੰਨ ਲੈਣਾ, ਆਗੂ ਸਾਹਿਬਾਨ ਕਰੋੜ ਰੁਪਇਆ ਖਾ ਗਏ ਹੋਣਗੇ। ਪਰ ਕਿਤੇ ਤੁਸੀਂ ਸੋਚਿਆ, ਵੱਡੀਆਂ ਵੱਡੀਆਂ ਏਜੰਸੀਆਂ ਗੱਲ ਕਹਿੰਦੀਆਂ ਨੇਗੀਆਂ, ਇੰਟਰਨੈਸ਼ਨਲ ਪੱਤਰਕਾਰ ਇਹ ਗੱਲ ਕਹਿੰਦੇ ਨੇ, ਜੇ ਕੋਈ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ MLA ਬਣ ਜੇ ਤਾਂ ਉਹਦੀ ਕੀਮਤ 100 ਕਰੋੜ ਰੁਪਇਆ, 100 ਕਰੋੜ, 100 ਕਰੋੜ ਇਕੱਠਾ ਕਰਦਾ ਇੱਕ MLA। ਤੁਸੀਂ ਆਪਣੇ ਆਗੂਆਂ ਨਾਲ ਲੜੀ ਜਾਂਦੇ ਹੋ ਯਾਰ, 100 ਕਰੋੜ ਰੁਪਇਆ ਇਕੱਠਾ ਕਰਦਾ ਇੱਕ MLA, ਤੁਹਾਡੀ ਲੜਾਈ ਉਹਨਾਂ ਨਾਲ ਹੈ, ਤੁਸੀਂ ਆਪਦੇ ਆਗੂਆਂ ਨਾਲ ਹੀ ਲੜ ਰਹੇ ਹੋ। ਜਿਹੜੇ ਇੱਥੇ ਤੱਕ ਆਪਾਂ ਨੂੰ ਪਹੁੰਚਾ ਲਿਆ, ਆਪਾਂ ਸਾਰੇ ਲੜਨ ਵਾਲੇ ਲੋਕ ਹਾਂ। ਬੜੀ ਦੂਰ ਅੰਦੇ ਸੀ ਸੋਚ ਹੈ, ਉਸ ਭਾਜਪਾ ਨੂੰ, ਔਰ RSS ਨੂੰ ਕੋਈ ਅੱਜ ਤੱਕ ਹੱਥ ਨਹੀਂ ਪਾ ਸਕਿਆ, ਆ ਤੁਸੀਂ ਹੱਥ ਪਾਇਆ। ਇਸ ਕਰਕੇ ਵੀਰੋ, ਜੋ ਸੋਸ਼ਲ ਮੀਡੀਆ ਦਾ ਪ੍ਰੋਪੋਗੰਡਾ ਚੱਲਦਾ ਨਾ, ਇਹ ਚਲਾਇਆ ਕਿਹਨੇ ਹੋਇਆ, ਸਮਝਣ ਵਾਲੀ ਗੱਲ ਹੈ। ਬੰਦੇ ਕਿਹਦੇ ਛੱਡੇ ਹੋਏ ਨੇਗੇ, ਜਿਹੜੇ ਕਿਤੇ ਉਸ ਬੰਦੇ ਦੇ ਖਿਲਾਫ਼ ਬੋਲਦੇ ਨੇ, ਕਿਤੇ ਉਸ ਬੰਦੇ ਦੇ ਖਿਲਾਫ਼ ਬੋਲਦੇ ਨੇ। ਗੱਲਾਂ ਕਰਨਗੇ ਵੱਡੀਆਂ ਵੱਡੀਆਂ, ਪਰ ਇਹ ਛੱਡੇ ਹੋਏ ਵੀਰੋ, ਇਹ ਸਰਕਾਰਾਂ ਦੇ ਸੱਦੇ ਛੱਡੇ ਹੋਏ ਨੇਗੇ, ਇਹ ਲੀਡਰਾਂ ਛੱਡੇ ਹੋਏ ਨੇਗੇ, ਇਹਨਾਂ ਨੇ ਸਾਨੂੰ ਪਾੜ ਕੇ ਹਮੇਸ਼ਾ ਹੀ ਰੱਖਿਆ। ਇਸ ਕਰਕੇ ਵੀਰੋ, ਆਪਾਂ ਇਸ ਚੀਜ਼ ਨੂੰ ਸਮਝੀਏ, ਆਪਾਂ ਆਪਣੇ ਪੰਜਾਬ ਲਈ ਲੜੀਏ, ਆਪਣੇ ਇਤਿਹਾਸ ਲਈ ਲੜੀਏ। ਕੋਈ ਕਹਿੰਦਾ ਮੈਂ ਬਾਦਲ ਵਾਲਾ, ਕੋਈ ਕਹਿੰਦਾ ਮੈਂ ਕਾਂਗਰਸ ਵਾਲਾ, ਕੋਈ ਕਹਿੰਦਾ ਮੈਂ ਝਾੜੂ ਵਾਲਾ, ਕੋਈ ਕਹਿੰਦਾ ਮੈਂ ਭਾਜਪਾ ਵਾਲਾ। ਇਹ ਲੀਡਰਾਂ ਖੜਾ ਛੱਡ ਕੇ ਆਪਾਂ ਜੇ ਲੜਨਾ ਤਾਂ ਆਪਣੇ ਪੰਜਾਬ ਲਈ ਲੜੀਏ, ਆਪਣੀ ਮਿੱਟੀ ਲਈ ਲੜੀਏ, ਆਪਣੇ ਇਤਿਹਾਸ ਲਈ ਲੜੀਏ, ਆਪਣੀ ਕੌਮ ਲਈ ਲੜੀਏ। ਆਪਾਂ ਇਸ ਚੀਜ਼ ਨੂੰ ਦੇਖੀਏ ਕਿ ਆਪਾਂ ਉਸ ਗੁਰੂ ਦੇ ਵਾਰਸ ਹੈ ਜਿਹਨੇ ਸਾਰਾ ਸਰਬੰਸ ਵਾਰ ਕੇ ਇਹ ਗੱਲ ਕਹੀ ਸੀਗੀ ਕਿ ਤੇਰਾ ਪਾਣਾ ਮਿੱਠਾ ਲੱਗੇ, ਤੇਰਾ ਪਾਣਾ ਮਿੱਠਾ ਲੱਗੇ, ਆਪਾਂ ਉਸ ਦੇ ਵਾਰਸ ਹੈ। ਇਸ ਚੀਜ਼ ਨੂੰ ਸਮਝੀਏ ਵੀਰੋ, ਆਪਾਂ ਲੜਾਈ ਬੜੇ ਸਹਿਜ ਦੇ ਨਾਲ ਲੜਨੀ ਹੈ। ਜਿਵੇਂ ਕਿਸਾਨ ਸਾਡੇ ਆਗੂ ਕਹਿਣਗੇ, 21 ਤਰੀਕ ਨੂੰ ਜੇ ਜੋ ਇਹਨਾਂ ਦੀ ਆਗੂਆਂ ਦੀ ਕੌਲ ਹੋਊਗੀ ਤਾਂ ਅਸੀਂ ਇਹ ਤੋੜਾਂਗੇ, ਚਾਹੇ ਬੰਬ ਸਿੱਟ ਦੇਣ, ਚਾਹੇ ਗੋਲੇ ਸਿੱਟ ਦੇਣ, ਜਿੱਥੇ ਅਸੀਂ ਜਾਣਾ ਤਾਂ ਜਾ ਕੇ ਰਵਾਂਗੇ।